ਸਤਿ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਓ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੰਬਈ ਦੌਰਾ ਜਾਰੀ ਮਾਨ ਨੇ ਮੁੰਬਈ ਸਟਾਕ ਐਕਸਚੇਂਜ ਦਾ ਕੀਤਾ ਦੌਰਾ ਕਾਰੋਬਾਰੀ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਸ ਆਨਰ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ ਰਾਘਵ ਚੱਡਾ ਨੂੰ ਸਰਕਾਰ ਰਾਜਨੀਤਿਕ ਕਾਨੂੰਨ ਅਤੇ ਸਮਾਜ ਸ਼੍ਰੇਣੀ ਵਿੱਚ ਉੱਤਮ ਪ੍ਰਾਪਤੀਕਰਤਾ ਵਜੋਂ ਚੁਣਿਆ ਗਿਆ ਪਟਿਆਲਾ ਦਾ ਫੀਲਖਾਨਾ ਸਕੂਲ ਵੀ ਬਣਿਆ ਸਕੂਲ ਆਫ਼ ਐਮੀਨੈਂਸ ਵਿਧਾਇਕ ਜੀਤਪਾਲ ਸਿੰਘ ਕੋਹਲੀ ਵੱਲੋਂ ਸਕੂਲ ਦਾ ਦੌਰਾ ਕੋਹਲੀ ਨੇ ਅਧਿਆਪਕਾਂ ਨਾਲ ਵੀ ਕੀਤੀ ਗੱਲਬਾਤ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੰਬਈ ਸਟਾਕ ਐਕਸਚੇਂਜ BSE ਦਾ ਦੌਰਾ ਕੀਤਾ ਅਤੇ ਸੂਬੇ ਨੂੰ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਦਰਸਾਇਆ ਮੁੱਖ ਮੰਤਰੀ ਨੇ ਅੱਜ ਮੁੰਬਈ ਵਿੱਚ BSE ਵਿਖੇ ਘੰਟੀ ਵਜਾਉਣ ਦੀ ਰਸਮ ਅਦਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਪੰਜਾਬ ਨੂੰ ਕਾਰੋਬਾਰ ਲਈ ਅਥਾਹ ਮੌਕਿਆਂ ਦੀ ਧਰਤੀ ਵਜੋਂ ਦਰਸਾਇਆ ਅਤੇ ਕੰਪਨੀ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਉਹਨੇ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਪੰਜਾਬ ਵਿੱਚ ਨਿਵੇਸ਼ ਕਰਨ ਨਾਲ ਉੱਦਮੀਆਂ ਨੂੰ ਵਡੇਰਾ ਲਾਭ ਮਿਲੇਗਾ ਭਗਵੰਤ ਮਾਨ ਨੇ ਵੀ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ ਸ਼ਾਂਤੀ ਅਤੇ ਸਦਭਾਵਨਾ ਹੈ ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ ਸਨਅਤਕਾਰਾਂ ਦਾ ਪੰਜਾਬ ਵਿੱਚ ਸਵਾਗਤ ਕਰਦੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਨਵੀਆਂ ਖੋਜਾਂ ਲਈ ਹਮੇਸ਼ਾ ਤਿਆਰ ਹੈ ਉਹਨਾਂ ਅਗਲੇ ਮਹੀਨੇ SIS ਨਗਰ ਵਿੱਚ ਹੋਣ ਵਾਲੇ ਪੰਜਾਬ ਨਿਵੇਸ਼ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਨਅਤਕਾਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ 23 ਅਤੇ 24 ਫਰਵਰੀ ਨੂੰ ਹੋਣ ਵਾਲਾ ਇਹ ਸੰਮੇਲਨ ਮੀਲ ਦਾ ਪੱਥਰ ਸਾਬਤ ਹੋਵੇਗਾ ਜਿਹੜਾ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ ਇਸ ਮੌਕੇ BSE ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਰਮਨ ਆਰ ਨੇ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਮਾਨ ਨੇ ਕਿਹਾ ਕਿ ਟਾਟਾ ਸਟੀਲ ਲੁਧਿਆਣਾ ਵਿੱਚ ਆਪਣਾ ਉਦਯੋਗ ਸਥਾਪਿਤ ਕਰ ਰਿਹਾ ਹੈ ਅਤੇ ਅੱਜ ਹੀ ਉਸਦਾ ਕੰਮ ਸ਼ੁਰੂ ਕੀਤਾ ਗਿਆ ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ਵਿੱਚ ਲੱਗਣ ਵਾਲਾ ਟਾਟਾ ਸਟੀਲ ਪਲਾਂਟ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ 25 ਜਨਵਰੀ 2023 ਨੂੰ ਲੰਡਨ ਵਿੱਚ ਇੰਡੀਆ ਯੂਕੇ ਅਚੀਵਰਸ ਆਨਰਸ ਵਿਖੇ ਆਊਟਸਟੈਂਡਿੰਗ ਅਚੀਵਰ ਸਨਮਾਨ ਪ੍ਰਾਪਤ ਕਰਨਗੇ ਰਾਘਵ ਚੱਡਾ ਨੂੰ ਸਰਕਾਰ ਅਤੇ ਰਾਜਨੀਤੀ ਸ਼੍ਰੇਣੀ ਵਿੱਚ ਖਾਸ ਪ੍ਰਾਪਤੀਆਂ ਉੱਤੇ ਇਸ ਅਵਾਰਡ ਲਈ ਚੁਣਿਆ ਗਿਆ ਇਹ ਅਵਾਰਡ ਉਹਨਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਜਿਨ੍ਹਾਂ ਨੇ ਲੋਕਤੰਤਰ ਅਤੇ ਨਿਆਂ ਦੇ ਖੇਤਰ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੋਵੇ ਅਤੇ ਲੋਕਾਂ ਅਤੇ ਦੁਨੀਆਂ ਦੇ ਭਲੇ ਦੇ ਮੱਦੇਨਜ਼ਰ ਚੁਣੌਤੀਪੂਰਨ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਿਆ ਹੋਵੇ ਇੰਡੀਆ ਯੂਕੇ ਅਚੀਵਰਸ ਆਨਰਸ ਰਾਹੀਂ ਭਾਰਤ ਦੀ 75ਵੀਂ ਸੁਤੰਤਰਤਾ ਦੀ ਵਰ੍ਹੇਗੰਢ ਦੇ ਮੌਕੇ 'ਤੇ ਯੂਕੇ ਵਿੱਚ ਪੜ੍ਹਾਈ ਕਰਨ ਵਾਲੇ ਨੌਜਵਾਨ ਭਾਰਤੀਆਂ ਦੀਆਂ ਵਿੱਦਿਅਕ ਅਤੇ ਪੇਸ਼ੇਵਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ ਚੱਡਾ ਨੇ ਮੰਨੇ ਪਰਮੰਨੇ ਲੰਡਨ ਸਕੂਲ ਆਫ਼ ਇਕਨੋਮਿਕਸ ਤੋਂ ਪੜ੍ਹਾਈ ਕੀਤੀ ਚੱਡਾ ਨੇ ਸਨਮਾਨ ਮਿਲਣ ਬਾਬਤ ਕਿਹਾ ਕਿ ਇਹ ਪੁਰਸਕਾਰ ਕਿਸੇ ਵਿਅਕਤੀ ਦੀਆਂ ਪ੍ਰਾਪਤੀਆਂ ਦੀ ਮਾਨਤਾ ਨਹੀਂ ਸਗੋਂ ਉਹਨਾਂ ਦੇ ਨੇਤਾ ਅਰਵਿੰਦ ਕੇਜਰੀਵਾਲ ਦੁਆਰਾ ਪੇਸ਼ ਕੀਤੀ ਗਈ ਰਾਜਨੀਤੀ ਦੇ ਇੱਕ ਨਵੇਂ ਬ੍ਰਾਂਡ ਨੂੰ ਮਾਨਤਾ ਹੈ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਸਕੂਲ ਆਫ਼ ਐਮੀਨੈਂਸ ਦੀ ਸੂਚੀ ਵਿੱਚ ਪਟਿਆਲਾ ਸ਼ਹਿਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਦਾ ਨਾਮ ਸ਼ਾਮਲ ਹੈ ਉਂਝ ਭਾਵੇਂ ਜ਼ਿਲ੍ਹੇ ਦੇ 10 ਸਕੂਲਾਂ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨੇ ਪਰੰਤੂ ਫੀਲਖਾਨਾ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜਾ ਦੇਣ ਨਾਲ ਪਟਿਆਲਾ ਸ਼ਹਿਰ ਦਾ ਨਾਮ ਹੋਰ ਰੌਸ਼ਨ ਹੋਇਆ ਇਹ ਪ੍ਰਗਟਾਵਾ ਇਸ ਸਕੂਲ ਦਾ ਦੌਰਾ ਕਰਨ ਸਮੇਂ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ ਹੈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਿੰਸੀਪਲ ਰਜਨੀਸ਼ ਗੁਪਤਾ ਅਤੇ ਡਿਪਟੀ DO RP ਸਿੰਘ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਸਿੱਖਿਆ ਦਾ ਮਿਆਰ ਵਿਸ਼ਵ ਪੱਧਰੀ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਜਿਸ ਲਈ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਪ੍ਰਿੰਸੀਪਲਾਂ ਨੂੰ ਅਗਲੇਰੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਇਹਨਾਂ ਵਿੱਚ ਪਟਿਆਲਾ ਜ਼ਿਲ੍ਹੇ ਦੇ 3 ਪ੍ਰਿੰਸੀਪਲਾਂ ਦੇ ਨਾਮ ਸ਼ਾਮਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਇਹ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਖੇਤੀਬਾੜੀ ਤੇ ਕਿਸਾਨ ਭਲਾਈ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਕਾਸ ਭਵਨ SIS ਨਗਰ ਮੁਹਾਲੀ ਵਿਖੇ ਕਰਵਾਏ ਹਫ਼ਤਾਵਾਰੀ ਜਨਤਾ ਦਰਬਾਰ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੀਤਾ ਧਾਲੀਵਾਲ ਨੇ ਸਬੰਧਿਤ ਮੁੱਖ ਦਫ਼ਤਰ ਚੰਡੀਗੜ੍ਹ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਬਿਨਾਂ ਦੇਰੀ ਕਰਨਾ ਯਕੀਨੀ ਬਣਾਇਆ ਜਾਵੇ ਪੰਜਾਬ ਦੇ ਸਾਇੰਸ ਅਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਦੇਸ਼ ਦਾ ਪਹਿਲਾ ਆਪਣੀ ਕਿਸਮ ਦਾ ਸੂਬਾ ਪੱਧਰੀ ਸਾਇੰਸ ਤਕਨਾਲੋਜੀ ਇਨੋਵੇਸ਼ਨ STI ਡਾਟਾ ਪੋਰਟਲ ਲਾਂਚ ਕਰਨ ਲਈ ਪੰਜਾਬ ਸਟੇਟ ਸਾਇੰਸ ਅਤੇ ਤਕਨਾਲੋਜੀ ਕੌਂਸਲ
ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਡਾਟਾ ਪੋਰਟਲ ਕੌਂਸਲ ਵੱਲੋਂ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੋਜ ਨੂੰ ਹੁਲਾਰਾ ਦੇਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੇ ਮੁੱਖ ਖੇਤਰ ਵਿੱਚ ਨਵੀਨਤਮ ਤਕਨੀਕੀ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਅੱਗੇ ਕਿਹਾ ਕਿ ਪੋਰਟਲ ਇੱਕੋ ਪਲੇਟਫਾਰਮ ਉੱਤੇ ਸੂਬੇ ਦੇ STI ਇਕੋਸਿਸਟਮ ਦੀ ਸਮੁੱਚੀ ਜਾਣਕਾਰੀ ਪ੍ਰਦਾਨ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਇੱਕ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ, ਦਸ਼ਾ ਅਤੇ ਦਿਸ਼ਾ ਵਿਸ਼ੇ ਉੱਤੇ ਕਰਵਾਈ ਗਈ ਇਸ ਕਾਨਫਰੰਸ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉੱਧਰ ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੀ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਕਾਨਫਰੰਸ ਦੇ ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖਾਲਸਾ ਕਾਲਜ ਵੱਲੋਂ ਕੀਤੇ ਇਸ ਉਪਰਾਲੇ ਲਈ ਕਾਲਜ ਪ੍ਰਿੰਸੀਪਲ, ਸਟਾਫ ਅਤੇ ਬਾਹਰੋਂ ਆਏ ਵਿਦਵਾਨਾਂ ਅਤੇ ਖੋਜਾਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜਾਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਅਜੈਬ ਸਿੰਘ ਚੱਠਾ ਨੇ ਵੀ ਸ਼ਿਰਕਤ ਕੀਤੀ। ਅੱਜ ਸਤਿਗੁਰਾਂ ਦੀ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੇ ਨਾਂ 'ਤੇ ਇਸ ਕਾਲਜ ਦੇ ਵਿਸ਼ਵ ਪੰਜਾਬੀ ਸਭਾ ਵੱਲੋਂ ਇੱਕ ਪੰਜਾਬੀ ਸੈਮੀਨਾਰ ਰੱਖਿਆ ਗਿਆ। ਇਹ ਜਿਹੜੀ ਸਭਾ NRI ਦੀ ਹੈ, ਇਹ ਬਾਹਰ ਵੀ ਸਾਰੇ ਆਪਣੀਆਂ ਸਭਾ ਦੇ ਤੌਰ 'ਤੇ, ਲੇਖਕ ਸਭਾ ਦੇ ਤੌਰ 'ਤੇ ਪਿੱਛੇ ਇਹਨਾਂ ਨੇ ਟੋਰਾਂਟੋ ਵੀ ਰੱਖਿਆ ਸੀਗਾ ਇੱਕ ਸਮਾਗਮ ਵੱਡਾ, ਪਰ ਮੈਂ ਉਦੋਂ ਜਾ ਨਾ ਸਕਿਆ। ਪਰ ਅੱਜ ਮੈਂ ਮਹਿਸੂਸ ਕਰਦਾ ਕਿ ਬਾਹਰ ਰਹਿ ਕੇ ਵੀ ਪੰਜਾਬੀ ਨੂੰ ਸਾਂਭਣਾ, ਪੰਜਾਬੀ 'ਤੇ ਪਹਿਰਾ ਦੇਣਾ ਅਤੇ ਪੰਜਾਬੀ ਦੀ ਵਾਰਤਾਲਾਪ ਕਰਨੀ, ਇਹ ਇੱਕ ਸਮੇਂ ਦੀ ਲੋੜ ਆ। ਸੋ ਇਹ ਜਿਹੜਾ ਸਾਡਾ ਸਾਹਿਬ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਜਿਹਦੇ ਐਡੀਸ਼ਨਲ ਸਕੱਤਰ ਸਰਦਾਰ ਦਲਜੀਤ ਸਿੰਘ ਜੀ ਚੀਮਾ ਔਰ ਸਾਡੇ ਸੁਹਿਰਦ ਮੈਂਬਰ ਅਮਰਜੀਤ ਸਿੰਘ ਜੀ ਚਾਵਲਾ, ਪ੍ਰਿੰਸੀਪਲ ਜਸਵੀਰ ਸਿੰਘ ਜੀ, ਇਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਅੱਜ ਇਸ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਆਪਣਾ ਇਹ ਪ੍ਰੋਗਰਾਮ ਸਾਰਾ ਲਿਖਿਆ। ਅੱਜ ਕੌਮਾਂਤਰੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ ਆ, ਇਹਦੇ ਲਈ ਮੈਂ ਖਾਲਸਾ ਕਰਨ ਨੂੰ ਵਧਾਈ ਦਿੰਦਾ ਹੈਗਾ। ਅਤੇ ਇਹ ਕਾਨਫਰੰਸ ਇਹੋ ਜਿਹੀਆਂ ਕਰਾਉਣੀਆਂ ਚਾਹੀਦੀਆਂ, ਪਰ ਮੈਨੂੰ ਇਹ ਨਹੀਂ ਪਤਾ ਅਸੀਂ ਇਹ ਪੰਜਾਬੀ ਲਈ ਕਿਉਂ ਗੱਲ ਕਰ ਰਹੇ ਹੈਗੇ ਹਾਂ। ਇੱਕ ਬੰਨੇ ਬਹੁਤ ਸਾਰੇ ਬੰਦੇ ਕਹਿੰਦੇ ਹੈਗੇ ਆ ਵੀ ਪੰਜਾਬੀ ਨੂੰ ਕੋਈ ਖਤਰਾ ਨਹੀਂ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਜਾਬੀ 'ਚ ਸਾਡੇ ਨਾਲ ਗੱਲਾਂ ਕਰਦੇ ਹੈਗੇ ਆ। 100-150 ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਵਸੇ ਹੈਗੇ ਆ ਅਤੇ 7000 ਭਾਸ਼ਾਵਾਂ ਵਿੱਚੋਂ 10ਵੇਂ ਨੰਬਰ 'ਤੇ ਸਾਡੀ ਭਾਸ਼ਾ ਹੈ, ਸਾਡੀ ਜਿਹੜੀ ਹੈਗੀ ਆ ਉਹ ਰੈਂਕ ਦੇ ਵਿੱਚ ਆਉਂਦੀ ਹੈਗੀ ਆ। ਇਸ ਕਰਕੇ ਪੰਜਾਬੀ ਭਾਸ਼ਾ ਨੂੰ ਜੇ ਕੋਈ ਖਤਰਾ ਨਹੀਂ ਗਾ ਤਾਂ ਦੂਸਰੇ ਇਹ ਵੀ ਕਹਿੰਦੇ ਹੈਗੇ ਆ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਇੱਥੇ ਜੁਰਮਾਨੇ ਲੱਗਦੇ ਹੈਗੇ ਆ, ਪੰਜਾਬੀ ਵਿੱਚ ਰੁਜ਼ਗਾਰ ਨਹੀਂ ਮਿਲਦਾ, ਇਹ ਗੱਲਾਂ ਵੀ ਕਰਨ ਵਾਲੀਆਂ ਹੈਗੀਆਂ। ਪਰ ਅਸਲੀਅਤ ਹੈਗੀ ਆ, ਇਸ ਵੇਲੇ ਪੰਜਾਬੀਆਂ ਨੂੰ 35 ਅੱਖਰ ਨਹੀਂ ਆਉਂਦੇ, ਅਚਾਨਕ ਪੁੱਛ ਲਓ 50% ਹੀ ਦੱਸਦੇ ਹੈਗੇ ਆ ਅਤੇ ਨਾ 10 ਗੁਰੂ ਸਾਹਿਬਾਨ ਦੇ ਨਾਂ ਆਉਂਦੇ ਹੈਗੇ ਆ। ਮੈਂ ਚਾਹੁੰਦਾ ਹੈਗਾ ਸਿਰਫ ਇੱਕ 24 ਘੰਟੇ ਟਾਈਮ ਦਿੱਤਾ ਜਾਵੇ ਕਿਸੇ ਵੀ ਪੰਜਾਬੀ ਨੂੰ ਵੀ, ਅਤੇ ਇਹ ਇਮੀਡੀਏਟਲੀ ਉਸ ਵੇਲੇ ਨਾ ਪੁੱਛੋ, ਅਗਲੇ ਦਿਨ ਉਹ ਪੁੱਛੋ, ਉਹ 35 ਅੱਖਰ ਵੀ ਦੱਸੂਗਾ ਅਤੇ 10 ਗੁਰੂ ਸਾਹਿਬਾਨ ਦੇ ਨਾਂ ਵੀ ਦਊਗਾ। ਇਹ ਸਾਡੇ ਕਾਲਜ ਨੂੰ, SGPC ਨੂੰ, ਸਾਡੀ ਪੰਜਾਬ ਗੌਰਮੈਂਟ ਨੂੰ ਇਹ ਚਾਹੀਦਾ ਹੈਗਾ ਹਰੇਕ ਪੰਜਾਬੀ ਨੂੰ 24 ਘੰਟਿਆਂ ਟਾਈਮ ਦੇਵੇ ਅਤੇ ਪੰਜਾਬੀ ਦੇ ਇਸ ਵੇਲੇ ਬੱਲੇ ਬੱਲੇ ਆ ਅਤੇ ਬੱਲੇ ਬੱਲੇ ਰਹੂਗੀ। ਹਰਿਆਣਾ 'ਚ ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਗਠਿਤ ਕੀਤੀ 38 ਮੈਂਬਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਪੈਦਾ ਹੋਏ ਵਿਰੋਧ ਵਿੱਚੋਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਿੱਚ ਨਵੀਂ 41 ਮੈਂਬਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਹੋਂਦ ਵਿੱਚ ਆ ਸਕਦੀ ਹੈ। 41 ਮੈਂਬਰੀ ਕਮੇਟੀ ਨਾਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮੀਟਿੰਗ ਕੀਤੀ ਅਤੇ ਜਲਦ ਹੀ 5 ਸਿੰਘ ਸਾਹਿਬਾਨਾਂ ਨਾਲ ਬੈਠਕ ਕਰਕੇ ਆਖਰੀ ਫੈਸਲਾ ਲੈਣ ਦੀ ਗੱਲ ਕਹੀ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਬੈਠਕ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਉਮੀਦ ਹੈ ਕਿ ਚੰਗੇ ਨਤੀਜੇ ਨਿਕਲਣਗੇ। ਅਸੀਂ ਪਿਛਲੇ ਦਿਨ ਜਥੇਦਾਰ ਸਾਹਿਬ ਨੂੰ ਆਪਣੀ ਇੱਕ ਲਿਸਟ ਦੇ ਕੇ ਗਏ ਹਾਂ, ਜਿਹੜੀ ਸੰਗਤ ਨੇ ਚੁਣੀ 41 ਮੈਂਬਰੀ ਕਮੇਟੀ ਗਏ ਸਾਂ। ਇਹਨਾਂ ਫਿਰ ਸਾਨੂੰ ਟਾਈਮ ਦਿੱਤਾ ਸੀ ਅੱਜ ਦਾ, ਅੱਜ ਫਿਰ ਅਸੀਂ ਆਪਣੇ 41 ਮੈਂਬਰੀ ਕਮੇਟੀ ਅਤੇ ਸੰਗਤ ਦੇ ਰੂਪ ਵਿੱਚ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਕਿ ਸਾਡੀ ਉਸ ਕਮੇਟੀ ਨੂੰ ਪ੍ਰਵਾਨ ਕੀਤਾ ਜਾਏ ਤਾਂ ਕਿ ਸੰਗਤ ਦਾ ਹੀ ਕੰਮ ਹੈ
गुरु घर संगत दे कोल रहने चाहिए ना कि सरकारी कमेटी को। जहेदार साहब बिल्कुल पॉजिटिव ने, वह भी उन्होंने मन भी है कि सरकार इंटरफेयर ना ही कर, क्योंकि पहलों भी बड़े वड्डे इल्जाम लगते रहे हैं भी सरकार जिहड़ियां ने ओ गुरुद्वारियां दे प्रबंधां च इंटरफेयर कर दियां ने ते उहदा नजायज फायदा उठांदियां ने। ये पहलियां भी कई बार ये चर्चा उठियां ते इस करके ही उन्हां महसूस करदे ने साडे जहेदार भी पिछली गलती नूं ना दोहराया जाए ते आपां संगत दी प्रवानगी जिहड़ी कमेटी है उहनूं ही आपां जे सहयोग करिए ते कौम वास्ते सिख धर्म वास्ते सिखी वास्ते बड़ी चंगी गल रहेगी। हुण सिंह साहब नाल मेरी गलबात हो गई है ते उन्हां कहा कि असी विचार करांगे तुहाडी असां गल नूं प्रमाण कर लिया मान लिया असी जहेदार इकट्ठे हो के ते इस गल ते तुहाडी ते गंभीरता नाल विचार करांगे भी सानूं किहड़ा पक्ष चुनना चाहिए। तो अज असी इत्थे जहेदार साहब नाल मीटिंग हुई है, मीटिंग बहुत पॉजिटिव हुई है। नवजोत पाल सिंह रंधावा ने शहीद भगत सिंह नगर के डिप्टी कमिश्नर वजों अपना अहुदा संभालने तो बाद खूनदानी वजों शुरू की समाजिक सेवा प्रति अपनी वचनबद्धता दोहराते हुए ब्लड डोनर्स कौंसल वालों चलाए जा रहे ब्लड सेंटर खूनदान केंद्र में तीजी बार खूनदान किया। डीसी रंधावा ने खूनदान करदे 18 से 65 साल के सारे तंदुरुस्त व्यक्तियों अपील की कि वह वध तो वध खूनदान कर। मेरा तीसरा ब्लड डोनेशन है जदों का मैं इतने डिप्टी कमिश्नर पोस्ट होए। ब्लड डोनेशन जिहड़ी चीज़ हैगी है बहुत ही अप तुहाडी लाइफ च अहम पार्ट प्ले करती है, क्योंकि इहदे विच द वेरी थॉट कि तुसी शेयर कर रहे हो अपना ब्लड विद समबडी नीडी। इहदे नाल इह भी हैगा कि हेल्थ भी तुहाडी, तुसी ज़्यादा हेल्दी रहने हो क्योंकि इहदे नाल कैलरीज बर्न होंदी है, न्यू ब्लड सैल्स बनते हैं। तो जिन्हें भी डोनर है दे आर बिलीव्ड के दे लिव अ लोंगर लाइफ। तो आई वुड रिक्वेस्ट के जिन्हें तो जिन्हें ज़्यादा मैंबर इतने इनरोल होन, क्योंकि कई बार तो नियर एंड डियर वंस नू लोड है। तो इन दोज टाइम्स ऑफ नीड द ब्लड कैंप क्लब इज़ अ फ्रेंड, इट कम्स टू योर हेल्प। ਤੁਹਾਨੂੰ ਜਿਹੜਾ ਮੱਚ ਨੀਡਿਡ ਬਲੱਡ ਹੈ ਉਹ ਮਿਲ ਵੀ ਜਾਂਦਾ ਇਨ ਟਾਈਮਸ ਆਫ ਨੀਡ, ਕਿਉਂਕਿ ਕਈ ਵਾਰੀ ਜਦੋਂ ਕੋਈ ਹਾਦਸਾ ਹੁੰਦਾ ਬਲੱਡ ਨਹੀਂ ਲੱਭਦਾ ਉਦੋਂ ਫਿਰ ਲੋਕ ਇੱਧਰ ਉੱਧਰ ਭੱਜਦੇ ਹੈ ਕਿਉਂਕਿ ਉਹਨਾਂ ਦਾ ਕੋਈ ਐਸੋਸੀਏਸ਼ਨ ਇਹੋ ਜਿਹੇ ਕਲੱਬ ਨਾਲ ਨਹੀਂ ਹੁੰਦਾ। ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਦੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਪਾਸੋਂ 1 ਕਿਲੋਗ੍ਰਾਮ ਹੈਰੋਇਨ ਸਮੇਤ 7,000 ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। इस संबंधी प्रेस में जानकारी दिंदिया SSP भगरत सिंह मीणा ने कहा कि मुलजम का नाम गगनदीप उर्फ गगन है जो हैरोइन सप्लाई कर जा रहा है। इस दौरान मुखबर की इतलाह उत्ते उसनू काबू किया गया। उन्हें कहा कि मुलजम खिलाफ बनती कार्रवाई की जा रही है। आज नवांशहर पुलिस को एक बहुत बड़ी कामयाबी मिली है जदों SHO काठगढ़ रिगार्डिंग 26 जनवरी माड़े अंसर की चैकिंग वास्ते एरिए दे विच गश्त कर रहे थे तो जत्तेवाल मोड़ काठगढ़ के नेड़े से तो उन्होंने एक सीक्रेट इनफॉरमेसन आई कि एक गगनदीप उर्फ गगन हैगा जो हैरोइन सप्लाई का काम करता हैगा। वो कल शाम नू जो साडा हाईटेक नाका आसरो है उत्थे पुलिस नू देखे बस से नाके से थोड़ा पहले उतर गया और वो काठगढ़ थाने दे रहे थे विच्चों होंदा हुआ गढ़शंकर अपना माल लेके जाएगा। उस इन्फॉर्मेशन दे बिहाफ पे काठगढ़ पुलिस ने अंडर NDPS एक्ट FIR दर्ज की थी। उसके बाद में आज फिर ये पूरे एरिया दे विच सर्च ऑपरेशन चलाया हुआ सी, पूरी ह्यूमन इंटेलिजेंस लगाई हुई सी तो प्रॉम्प्टली एक्शन करके और SHO काठगढ़ ने और DSP बलाचौर दविंदर सिंह जी ने बहुत छेती उस बंदे नू काबू करन दे विच सफल हुए हैगे। नेड़े जंडी मोड़ हैगा उत्थों उस बंदे नू काबू किया हैगा। उहदे कोलों एक बैग हैवी वेट का सी तो उसनू रोक के चैक किया गया तो उहदे विच्चों 1 किलो हैरोइन बरामद हुई हैगी। ये बंदा आगे गढ़शंकर एरिया दे विच जाके इस हैरोइन की सप्लाई करना सी। इसने इहदे कोलों 7,000 रुपये ड्रग मनी भी रिकवर हुई हैगी। इसका असी आज रिमांड पेश करके लेंगे, उसके बाद में इसके बैकवर्ड और फॉरवर्ड लिंकेजेस हैगे वो एस्टेब्लिश करेंगे कि ये जो सप्लाई सी ये कित्थों लेके आया हैगा। ज़िला गुरदासपुर के श्री हरगोबिंदपुर के नज़दीक पैंदे पिंड भेट पत्तण विखे उसारे गए हैवी ड्राइवर टैसट केंद्र की
ग्राउंड अते ट्रैक उपर नेड़े पैंदी निजी शुगर मिल का कब्जा होने करके पिंड के लोग काफ़ी परेशान नजर आए अते लोगों का कहना है कि पंजाब सरकार वालों उसारे गए ड्राइविंग टैसट केंद्र के ट्रैक अते ग्राउंड उत्ते चड्डा शुगर मिल के प्रबंधकों वालों कथे तौर उत्ते कब्जा करके गन्ने दियां भरियां ट्रालियां पार्क की गई जिस करके सरकारी प्रॉपर्टी का नुकसान हो रहा है। उधर दूजे पासे चड्डा शुगर मिल के मुख प्रबंधक विनोद तिवाड़ी नाल गलबात की तो उन्होंने कहा है कि सड़क उपर बहुत ज़्यादा ट्रालियां आने कारण गन्ने दियां भरियां ट्रालियां इत्थे लगवाईयां गईयां ने। जब उन्होंने किसी सरकारी परमिशन बारे पूछा तो उन्होंने कहा है कि मिल वालों आरजी तौर उत्ते ट्रालियां लगवाईयां गईयां ने अते जल्द ही अपना ट्रालियां का यार्ड निर्माण होने तों बाद इत्थों ट्रालियां हटा लईयां जाणगीयां। समस्या यो आ भी इनू तोड़ भन्न पूरी कर दी है, यदि रस्ते की प्रॉब्लम आ रही है, सारी मतलब प्रॉब्लम बहुत ज्यादा है। तो प्रशासन को जा किसे अपने इन्हों इन्हों डक्या है, चार पाँच दिन हो गए उदन ये कहें ही अं मंजूरी ली है। मंजूरी जो इन्होंने पूछा ना भी मतलब लियाओ तो मंजूरी कि रिटन दे कापी दे दो सू कुछ मंजूरी ली है तो कहें भी वो इस तरह ही मंजूरी ली है अं तो फिर दो तीन दिन से कहें अं इन्हों हटा लाँगे इतों ट्रालिया ट्रालियाँ हटाइया नहीं इन्होंने सगो वधाती उस दिन हमने उसको यार्ड नहीं बनाया बल्कि हमने टेम्परेरी यूज किया उसे रोड खाली करने के लिए। बिल्कुल 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 सरकारी प्रॉपर्टी है लेकिन रोड पर ट्रोली खड़ी होने से स्कूल बसों को राहगीरों को आने जाने वालों को प्रॉब्लम होती और एक्सीडेंट कोई घटना ना घटे इसलिए एक सुरक्षित स्थान पर जिम्मेदारों को ट्रोली खड़ी करवा दी गई और वो टेम्परेरी तौर पे खड़ी हैं, वो ऐसा नहीं है कि परमानेंट ट्रोली खड़ी हुई है। और हमारी पीछे भी कुछ फैक्ट्री भी एक दिन बंद हुई, एक नंबर मिल में कुछ काम चल रहा था, एक दिन फैक्ट्री में बंद करनी पड़ गई, यार्ड बढ़ गया, इस वजह से टेम्परेरी तौर पे ट्रोलियाँ लगा दी गई। बिल्कुल जी, सभी की जानकारी में है कि ट्रोली लग रही हैं, हमारे पंचायत को भी हमारे लंबरदार जो सरपंच हैं उनकी भी नॉलेज में है, सभी जिम्मेदारों को नॉलेज में, ट्रोली कोई ऐसी चीज़ तो है नहीं। ट्रोली जब हमने खड़ी की तो सभी को पता कि ट्रोली खड़ी की है, लोगों की सुरक्षा को देखते हुए ट्रोली खड़ी की गई है। अमृतसर जिला भाजपा प्रधान डॉक्टर हरविंदर सिंह संधू वालों नवी टीम का ऐलान करते हुए बीजेपी एससी मोर्चा के प्रधान वजों सेवा कर रहे संजीव कुमार को जिला भाजपा का जनरल सकत्र बनाया गया। जनरल सकत्र बनाए जाने पर संजीव कुमार ने पार्टी हाईकमांड से जिला भाजपा प्रधान डॉक्टर हरविंदर संधू का धन्यवाद किया है। उन्हें कहा कि वह पार्टी वालों मिली जिम्मेवारी तनदेही निभाएंगे। साडियां भैणां तक इस विच लिप्त हो गया ने क्योंकि इन्हां दा जिहड़ा प्रशासन है वह सुता है, कुंभकर्ण दी नींद सुता ते नशा इन्ना घर घर गलिए जनता पार्टी इहदे खिलाफ एक मुहिम छेड़न वाली है ताकि लोगों नूं जागरूक किया जाए नशियां तो दूर रहन ते इह जिहड़ी सरकार जिन्ने घर घर तक नशा पहुँचाया उहनूं असीं इस पंजाब तों बाहर कढ़ना। सर जिहड़ी जिला पद्धरी भी नियुक्तियां कीतियां गईआं, देखो अज असी कल जिला पद्धरी नियुक्तियां कीती गई हैं, टीम जी गठित की गई है। ये मैं समझता कि जी मेरी टीम जी बनी है ये बहुत ही जुझारू टीम बनी है, काम वाली टीम बनी है। पहलों भी जोड़े काम इतने होंगे रहे हैं साढ़े भारतीय जनता पार्टी की पिछली टीम ने भी बहुत चंगी सुचाजू तरीके काम चलाया तो हूँ जी सारी टीम बनी है ये भी बड़ी जुझारू है। मैं समझता कि जोड़े आने वाले चुनाव है इन्हें सारे ड्यूटियां दिखाई जाएंगी तो ये मिलजुल के असी सारे एक परिवार की तरह इस भारतीय जनता पार्टी का एर की जो सब तो पहले कारपोरेशन का चुनाव है वो जिता। गढ़शंकर हुशियारपुर रोड उत्ते पिंड टूटो मजारा के बार बार दो कारां दी आमो सामने टक्कर होण विच पंज व्यक्ति जख्मी हो गए। जख्मियों विचों एक नूं सिविल हस्पताल महलपुर विच दाखिल करवाया गया ते तीन मामूली जख्मी सवारियों नूं होर वाहन राहीं नवां शहर भेज दिता गया। थाणा महलपुर की पुलिस ने मौके पर पहुँच के मामले की जाँच शुरू कर दी है। पाकिस्तान तो मुस्लिम भाईचारे का एक जत्था अटारी वाघा सरहद पहुंचा। 240 के करीब मुस्लिम श्रद्धालुओं का जत्था भारत में अपने धार्मिक स्थानों के दर्शन करने पहुंचे। इस मौके मीडिया गलबात करद प्रोटोकॉल अधिकारी अरुण महल ने दसिया कि अटारी वाघा सरहद राही पाकिस्तान तो मुस्लिम भाईचारे का जत्था भारत में पहुंचे। इस जत्थे तकरीबन 240 के करीब मुस्लिम भाईचारे के लोग ने यह जत्था अजमेर शरीफ हजरत ख्वाजा चिश्ती की दरगाह उत्ते मेला मनाने लिये जा रहे। उन्हें कहा कि जथा 3 फरवरी वापस अटारी वाघा सरहद राही पाकिस्तान रवाना होगा। इस मौके गलबात करद पाकिस्तान के मुस्लिम भाईचारे के एक बछिंदे ने दसा कि फैसलाबाद तो आया है तो उन्होंने भारत आके बहुत खुशी मिली है। हम पाकिस्तान से फैसलाबाद से इधर कहाँ जा रहे हैं? इधर अजमेर शरीफ जा रहे हैं दरबार शरीफ। कितने लोग आए टोटल? सर तकरीबन 250 या आई थिंक 250 हैं। कितने दिन का वीजा मिला आपको? ये 12 दिन का माशाल्लाह हमें वीजा दिया, हम बहुत खुश हैं।
बहुत अच्छा किया है, हमारी फाइट बहुत पूरी की है। अज पाकिस्तान सरकार वालों एक पाकिस्तानी व्यक्तियों का जत्था जिहड़ा कि पाकिस्तान तो भारत अंदर दाखिल होया, इस जत्थे दे विच कुल 240 व्यक्ति है। इस जत्थे की नुमाइंदगी मुहम्मद ताहिफ लतीफ कर रहे। पेपरवर्क इन्हां दा पूरा हो चुका जी। दिल्ली तो श्री उस्मान नवाज पाकिस्तान हाई कमिशन तो इन्हां नूं रिसीव करने वास्ते इत्थे पहुँच चुके हैं। इन्हां नूं बसां राही अमृतसर तो रेलवे स्टेशन दिल्ली लई रवाना किया गया। स्वपन शर्मा जी IPS सीनियर कप्तान पुलिस समसा दे आती जी वालों इन्हां दी सिक्योरिटी दे पुख्ता प्रबंध किए गए। होशियारपुर विच गन्ने दी भरी ओवरलोड ट्राली दे बिजली दीआं तारां दे टकराउण नाल शॉर्ट सर्किट होण तों बाद अग लग गई, जिस नूं बुझाउण लई किसान अपने पद्धर ते कोशिशां करदे नजर आए। इस मौके कवरेज करन पहुंचे एक पत्रकार उत्ते हमला किया गया क्योंकि उसने पुलिस अते फायर ब्रिगेड नूं सूचित किया सी। अहम गल यह है कि हमला बुलवाल पुलिस के सामने किया गया। दसा जा रहा है कि ट्रैक्टर चालक गल नूं गुप्त रखना चाहुंदा सी पर पत्रकार ने मामला जग जाहिर कर दिता, जिस कारण उसकी कुटमार की गई। पत्रकार का नाम हरप्रीत सिंह दसा जा रहा है। भारतीय किसान यूनियन एकता उग्राहां वालों बुढ़लाडा ब्लाक में मोटरसाइकिल मार्च कढ़े गए। मोटरसाइकिल मार्च 26 जनवरी को हरियाणा के जींद में होने जा रही महापंचायत में लोगों की वड्डी शमूलियत करवाने कढ़ाया गया, जिस विच लोगों नूं जागरूक किया गया। यह मार्च बुढ़लाडा के वक्त पिंडां विच दी होया ते शांतमई ढंग नाल लोगों नूं जागरूक किया गया। भारत ते न्यूजीलैंड दीआं क्रिकेट टीमां विचकार तीजे ते आखिरी एक रोजा मैच विच टॉस जित के पहलां बल्लेबाजी करदिआं भारत ने 50 ओवरां विच 9 विकटां दे नुकसान उत्ते 385 दौड़ां बणाईआं ते न्यूजीलैंड नूं जित लई 386 दौड़ां दा टीचा दित्ता है। भारत वल्लों सलामी बल्लेबाज शुभमन गिल ने शानदार प्रदर्शन जारी रखदे 78 गेंदों में 112 दौड़ा बनाईया, जबकि कप्तान रोहित शर्मा ने 85 गेंदों में 101 दौड़ा बनाईया। इस तों इलावा हार्दिक पांड्या ने 38 गेंदों में 54 दौड़ा बनाईया। 3 एक रोजा मैचों की लड़ी में भारत 2-0 नाल अगे है। पटियाला की समाज सेवी संस्था जनहित समिति अपने मैंबरों तो मिल रहे सहयोग सदका हमेशा ही समाज सेवा के कार्य करती रहती है। इसे लड़ी तहत अज सेंट्रल लाइब्रेरी पटियाला आने वाले व्यक्तियों की सहूलत लिए 2 सीमेंट वाले बेंच लगाए गए। श्री विनोद शर्मा जनरल सकत्तर ने जनहित समिति वालों किए जा रहे कार्यों का संखेप रूप में वर्णन किया। इस मौके सेंट्रल लाइब्रेरी की मुखी श्रीमती प्रभजोत कौर और जनहित समिति वालों विनोद शर्मा जनरल सकत्तर श्री सुरविंदर सिंह छाबड़ा उप प्रधान श्री SP पराशर सतीश जोशी और कई होर मैंबर मौजूद रहे। सर मैं साडे नाल सुरविंदर छाबड़ा जी, मैडम गगन प्रभजीत कौर जिहड़े इत्थे चीफ लाइब्रेरी, उन्होंने सानूं रिक्वेस्ट की थी भी इत्थे लाइब्रेरी दे विच पटियाले की बड़ी अच्छी लाइब्रेरी है, इहनूं कुछ इहदे हैल्प की जाए। असीं पिछे साफ सफाई प्लांटेशन की थी, अज असीं 2 बेंच रखे हैं। इह बड़ी वधिया एक गवर्नमेंट वल्लों वी उद्यम हो रहा वी जिहड़ा साडा इत्थे सेंटर एडिटोरीयम सी उहनूं रिपेयर करके लाइब्रेरी बड़ी पुरानी लाइब्रेरी है, इहनूं होर दुबारा अच्छा करके जिहड़े पटियाले दे लोक हैं इहदा फायदा उठा सकन। मैं सारिआं नूं रिक्वेस्ट करांगा वी साडे जिहड़े जनहित दे प्रोजैक्ट हैं उहदे नाल जुड़ो ते सानूं जिन्नी वी तुसीं मदद करोगे असीं इह सोशल कम्मां वास्ते लाने। पंजाबी खबरां दे इस बुलेटिन विच फिलहाल इन्ना ही। जांदे जांदे नज़र मारदे हां मौसम दे हाल उत्ते। तुसीं बने रहो चढ़दी कला टाइम टीवी दे नाल। धन्नवाद।